नो जी सलाम अलैकुम दोस्तों, जरा लाइव हो जाऊं मैं मस्जिद दुबई तो तुसी जरा देखो तो मैं जरा सुनता पढ़ के आ रहा हूं। ऐसी रह देना बस ठीक। चैनल है ना अबू दा यूट्यूब दा, चैनल है अबू दा यूट्यूब दा। तो बोलना ना बिच बेटा बहुत चाहिए है जरा। मैं फैशन मार के इंडियन टा लिया ना वो भी चाह ही गया। अरे आ गया के ना के आईबीएन लॉग है फेसबुक पे, यूट्यूब पे आईबीएन स्टूडियो। ना ने ओए लगता था लाइक कर दी। वो कितने ने मारी आया ने किने घर ने बैठे बड़े दुआ मांग के उठ के निकल गए ने। उन्होंने तो की करना जी बगैर दुआ तो गए हैं जेडे उन्होंने बारे में। माशाल्लाह ठीक ठीक अरेबियन व्लॉग। अब दसो बंदे ने तो दुआ मांग के जानी चाहिए इत्माई दुआ है। अल्लाह पाक करम कर दे ने बारिश हो गई ठीक है। अकल का भी इंटरव्यू ले उन्होंने पूरा एक बारी बना के ना सारे दा व्यू पूरा इधर भी बिना साहब दी भी फोटो लगा। जा जा अंदर जा अंदर जा अंदर जा बिना लाइव चल वो नहीं बस ठीक है। बाहर वापस की करने की करने डॉक्टर साहब मस्जिद अंदर से दिखा दें प्लीज। चलो ही दिखाया सारे दिखा दे फिर मैं वापस ले मैं तेरे को ठीक है। हेलो जी सारे अस्सलाम वालेकुम जी। हां जी अभी ने ओ स्पेशल बंदा हाडा चल दे दे मेनू मोबाइल जाओ चलो ए दो शेर जवान ने चलो जाओ घर असि आने वापस।
ਉਧਰ ਚੋਕ ਜੀ ਤੇ ਇਧਰ ਚੋਕ ਜੀ ਅਸੀਂ ਉਹ ਗੱਲ ਤੁਹਾਡੀ ਠੀਕ ਹੈ ਜੀ ਨੂੰ ਉਹ ਕਹਿੰ ਭਾਈ ਨੇਮ ਕਹਿੰਦਾ ਜਾ ਤੇਰੇ ਘਰ ਵੀ ਪੈਦਾ ਹੋ ਗਈ ਮੈਂ ਉਹਨੂੰ ਬਾਅਦ 'ਚ ਨਾ ਮਗਰੇ ਮੈਂ ਤਾਂ ਉਹਨੇ ਪਤਾ ਕੀ ਆਖਿਆ ਜ਼ਰਾ ਸੋਚ ਵੀ ਮੇਰੇ ਘਰ ਇਹੋ ਜਿਹੀ ਔਲਾਦ ਪੈਦਾ ਹੋ ਗਈ ਤਾਂ ਕੀ ਕਰੇਂਦਾ ਉਹ ਤਾਂ ਜੀ ਮਾਸ਼ਾਅੱਲਾ ਠੀਕ ਠਾਕ ਹੈ ਮਤਲਬ ਉਹਦਾ ਸਾਰਾ ਕੁਝ ਜਿਹੜਾ ਨਾ ਉਹਦਾ ਜਿਸਮ ਹਰਕਤ ਹਰ ਚੀਜ਼ ਕਲੀਅਰ ਹੈ ਅਤੇ ਜੇ ਤੇਰਾ ਕੋਈ ਬੱਚਾ ਇਹੋ ਜਿਹਾ ਹੋ ਜਾਵੇ ਜਿਹਦਾ ਜ਼ਹਿਨ ਹੀ ਨਾ ਕੰਮ ਕਰੇ ਬਿਲਕੁਲ ਨਹੀਂ ਬਿਲਕੁਲ ਉਹਨੂੰ ਮਤਲਬ ਕਿ ਫਿਰ ਮੈਂ ਨਾ ਦੱਸ ਫਿਰ ਕੀ ਕਰੇਂਦਾ ਫਿਜ਼ਾਨ ਭਾਈ ਯਾਜ਼ ਆਰਫ ਸਾਹਿਬ ਇਹ ਲਓ ਜੀ ਤੁਹਾਨੂੰ ਕਹਿੰਦੇ ਨੇ ਫਿਜ਼ਾਨ ਭਾਈ ਹੁਣ ਕੀ ਕਹਿੰਦੇ ਫਿਜ਼ਾਨ ਭਾਈ ਨੂੰ ਚਲੋ ਜੀ ਫਿਜ਼ਾਨ ਭਾਈ ਕਹਿੰਦੇ ਨੇ ਮੇਰਾ ਤੁਹਾਨੂੰ ਸਲਾਮ ਚਾਚੂ ਵੀ ਆ ਗਏ ਨੇ ਚਾਚੂ ਵੀ ਆ ਗਏ ਨੇ ਯਾਜ਼ੀ ਦੇ ਐਲਾ ਚਾਚੂ ਵੀ ਆ ਗਏ ਨੇ ਹੁਣ ਸੁੱਖ ਹੈ ਯਾਦ ਹੈ ਛੋਟਾ ਫਯਾ ਨਾਸਰ ਜੀ ਕੈਸੇ ਹੋ ਆਦ ਨੇ ਮਸੇਰ ਜੀ ਕੈਸੇ ਹੋ ਤੁਸੀਂ ਦੱਸੋ ਜੀ ਉੱਥੇ ਰਹਿਣਾ ਕੈਂਪ ਦੀ ਟੈਡਾਂ ਟੈਡਾਂ ਤੇ ਤੁਸੀਂ ਸੁਣਾਓ ਆਪਣਾ ਕੈਂਪ ਚੋਂ ਨਿਕਲੇ ਹੋ ਜਾਂ ਕੋਈ ਨਹੀਂ ਅੱਲਾ ਖੈਰ ਕਰੇਗਾ ਵਾਲੇਕੁਮ ਸਲਾਮ ਜੀ ਚਲੋ ਅੱਲਾ ਖੈਰ ਕਰੇਗਾ ਮੇਰਾ ਵੀ ਸਲਾਮ ਦਿਓ ਹੈਲੋ ਜੀ ਅਯਾਜ਼ ਨੂੰ ਤੁਹਾਡਾ ਵੀ ਸਲਾਮ ਉਹ ਕਹਿੰਦਾ ਵਾਲੇਕੁਮ ਸਲਾਮ ਉਹ ਕਦੇ ਕਦੇ ਬੈਗ ਮੇਰੇ ਕੋਲ ਵੀ ਰੱਖ ਕੇ ਜਾਂਦਾ ਮੈਂ ਸਕੂਲ ਅੱਛਾ ਉਹ ਸ਼ਹਿਜ਼ਾਦਾ ਨਸੀਰ ਸਾਹਿਬ ਨੇ ਜੀ ਜੀ ਠੀਕ ਹੈ ਉਹਨੇ ਕਹਾ ਜੀ ਅਸਲਾਮ ਵਾਲੇਕੁਮ ਚਾਚੂ ਜੀ ਤੁਸੀਂ ਵੀ ਕਹੋ ਜੀ ਵਾਲੇਕੁਮ ਸਲਾਮ ਹਾਂ ਹਿੰਮਤ ਕਰਨੀ ਬਸ ਠੀਕ ਹੈ ਜੀ ਹਾਂਜੀ 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 ਸਭ ਕੋ ਸਲਾਮ ਜੀ ਵਾਲੇਕੁਮ ਸਲਾਮ ਇਰਫਾਨ ਚੌਧਰੀ ਸਾਹਿਬ ਠੀਕ ਹੈ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਕਹਿੰਦੇ ਨੇ ਜੀ ਮਸੇਰ ਜੀ ਉਹ ਮੇਰੀ ਗੱਲ ਸੁਣੋ ਕਹਿੰਦੇ ਮਸੇਰ ਜੀ ਰਾਬਤਾ ਕਰ ਲਿਆ ਕਰੋ ਕਦੇ ਕਦੇ ਇਨਸ਼ਾਅੱਲਾ ਇਨਸ਼ਾਅੱਲਾ ਬਸ ਸਭ ਫਿਟ ਚਲੋ ਜੀ ਅੱਲਾ ਖੈਰ ਕਰੇਗਾ ਤੁਸੀਂ ਇਸ ਮੰਥ ਦਾ ਕਾਰਡ ਇਨਸ਼ਾਅੱਲਾ ਤੁਹਾਨੂੰ ਮਿਲ ਜਾਂਦਾ ਫਿਰ ਤੁਸੀਂ ਛੱਡ ਦਿਓ ਕੈਂਪ ਸ਼ੈਂਪ ਅੱਲਾ ਖੈਰ ਕਰੇ ਅਯਾਜ਼ ਸਾਹਿਬ ਲਓ ਜੀ ਉਹ ਕਹਿੰਦੇ ਨੇ ਇਸ ਮਹੀਨੇ ਕਾਰਡ ਮਿਲ ਜਾਏਗਾ ਤੇ ਇਸ ਮਹੀਨੇ ਕੈਂਪ ਛੱਡ ਦੇਗਾ ਅਸੀਂ ਇਨਸ਼ਾਅੱਲਾ ਜਾਓ ਜੀ ਤੁਸੀਂ ਅੱਲਾ ਸੋਹਣੇ ਦੇ ਵਾਲੇ ਅੱਲਾ ਸੋਹਣੇ ਦੇ ਵਾਲੇ ਜਾਓ 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 ਠੀਕ ਹੈ ਜੀ ਬਾਦਸ਼ਾਹ ਤੁਸੀਂ ਵੀ ਜਾਓ ਆਹੋ ਇਹਨਾਂ ਨੂੰ ਸਾਰੇ ਬੰਦੇ ਵਿਖਾ ਦੇਈਏ ਨੇ ਨਾਓ ਮਾਸੀ ਕੀ ਹਾਲ ਹੈ ਅੱਲਾ ਦਾ ਕਰਮ ਉਹ ਇਸੇ ਬਾਤੇ ਇਹਨੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਕੌਣ ਦਿਖਾਏਗਾ ਤੁਸੀਂ ਲੋਕ ਤਾਂ ਗੱਲਾਂ ਵੀ ਨਹੀਂ ਕਰਦੇ ਉਹਨਾਂ ਨਾਲ ਅਸੀਂ ਤਾਂ ਕਰ ਲੈਂਦੇ ਹਾਂ ਅਸਲਾਮ ਵਾਲੇਕੁਮ ਨਾਓ ਖੈਰੇ ਭਾਅ ਜੀ ਤੁਸੀਂ ਸੁਣਾਓ ਨਹੀਂ ਜੀ ਲਾਈਵ ਚੱਲਦਾ ਪਿਆ ਮਸਜਿਦ ਵਿਸਵਾ ਦਿਖਾਓ ਜੀ ਸਾਨੂੰ ਮੈਂ ਇਹ ਲੋ ਜੀ ਵੇਖ ਲਓ ਬੰਦੇ ਸਾਰੇ ਵੇਖ ਮੁੰਡੇ ਸਾਰੇ ਬਾਹਰ ਦੇ ਆਪਣੇ ਨੇ ਪਿੰਡ ਦੇ ਬੱਚੇ ਸਾਰੇ ਜਿਹੜੇ ਬਾਹਰ ਦੀ ਜਾਣਗੇ ਇਸ ਲਾਈਵ ਕਾਰਜਕ੍ਰਮ 'ਤੇ ਪਏ ਦੇਖਣਗੇ ਬੈਗ ਆਹ ਸਾਰੇ ਕੰਮਾਂ ਕਾਜਾਂ ਦੇ ਨਿਕਲੇ ਹੋਣੇ ਨੇ ਵਾਪਸ ਆਉਣਗੇ ਸ਼ਾਮੀ ਦੇਖਣਗੇ ਕਰੋਨਾ ਕੋਈ ਨਹੀਂ ਅੱਲਾ ਦੀ ਰਹਿਮਤ ਹੈ ਅੱਲਾ ਦੀ ਰਹਿਮਤ ਹੈ ਇਹ ਦੇਖ ਲਓ ਬਰਨੇ ਅਸਲ ਖਤਮ ਹੀ ਹੋ ਗਏ ਨਾ ਇੱਥੇ ਦੋ ਬਰਨੇ ਰਹਿ ਗਏ ਨੇ ਟੋਟਲ ਦੋ ਬਰਨੇ ਹਾਂ ਜੀ ਮਾਸਟਰ ਸ਼ਫੀਕ ਸਾਹਿਬ ਸਟਾਈਲ ਕਾਹਦਾ ਬਣਨਾ ਵੱਢ ਛੜੇ ਸਾਰੇ ਜ਼ਾਲਮੋ ਮੋਹਤਰਮ ਜਿਨ੍ਹਾਂ ਨੇ ਬਰਨਿਆਂ ਦੇ ਨਾਲ ਵਾਰਦਾਤ ਪਾਈ ਟੈਣ ਵਾਲੀ ਨਹੀਂ ਹੁਣ ਇਹਦੇ ਇੱਕ ਦੀ ਜ਼ਿੰਮੇਵਾਰੀ ਤੇ ਕਬੂਲ ਕਰੋ ਤੁਸੀਂ ਐਦੀ ਜ਼ਿੰਮੇਵਾਰੀ ਸਲਮਾਨ ਤੇ ਐਦੀ ਜ਼ਿੰਮੇਵਾਰੀ ਚਲੋ ਗਵਰਨਮੈਂਟ ਦੇ ਇੰਤਜ਼ਾਮੀਆਂ ਦੇ ਉੱਤੇ ਉਹ ਉਤਲਾ ਲਾਣ ਨਹੀਂ ਸਾਹਮਣੇ ਦਾ ਕੌਣ ਉੱਤੇ ਉੱਚਾ ਸੀ ਲਓ ਜੀ ਮਸਜਿਦ ਵੀ ਲੋਕ ਨਿਕਲਣਾ ਸ਼ੁਰੂ ਹੋ ਗਏ ਨੇ ਨਮਾਜ਼ ਪੜ੍ਹ ਕੇ ਉਹ ਚਾਚੂ ਮਹਿੰਦੀ ਵੀ ਨਿਕਲ ਗਏ ਨੇ ਸਲਾਮ ਵਾਲੇਕੁਮ ਦਿਖਾਣੇ ਨੀ ਬਾਹਰ ਵਾਲੇ ਕੀ ਕਰਨਗੇ ਇੱਥੇ ਬਹਿ ਕੇ ਸਾਨੂੰ ਦੇਖਣਗੇ ਬੰਦੇ ਸਾਰੇ ਤਾਜ਼ਾ ਹੋ ਜਾਂਦੇ ਨੇ ਅਸਲਾਮ ਵਾਲੇਕੁਮ ਦੀਸ਼ ਬਾਈ ਕੀ ਹਾਲ ਹੈ ਸੁਣਾਓ ਸਿਹਤ ਆਫੀਅਤ ਤੁਸੀਂ ਸੁਣਾਓ ਬਿਲਕੁਲ ਖੈਰੀਅਤ ਹੈ ਜੀ ਜੁਮਾ ਮੁਬਾਰਕ ਚਲੋ ਜੀ ਵਟਸਐਪ ਅੱਲਾ ਦੇ ਵਾਲੇ ਮੈਂ ਜਿਹੜਾ ਮੇਰੀ ਜ਼ਿੰਮੇਵਾਰੀ ਹੈ ਥੋੜ੍ਹੇ ਦਿਨ ਮੈਂ ਖੜਾ ਰਹਾਂਗਾ ਅਸਲਾਮ ਵਾਲੇਕੁਮ ਤਹਿਦਰ ਕੀ ਹਾਲ ਹੈ ਸਿਹਤ ਨਾਲ ਠੀਕ ਨੇ ਅਸਲਾਮ ਵਾਲੇਕੁਮ ਆਪ ਸਭ ਕੀ ਹਾਲ ਹੈ ਅਸਲਾਮ ਵਾਲੇਕੁਮ ਸ਼ਾਹ ਜੀ ਕੀ ਹਾਲ ਹੈ ਅਸਲਾਮ ਵਾਲੇਕੁਮ ਸ਼ਾਹ ਸਭ ਕੀ ਹਾਲ ਹੈ ਅਸਲਾਮ ਵਾਲੇਕੁਮ ਭਾਈ
सुनाओ सेहत वाफी सुनाओ सब खैरियत है। हाँ जी सुनाओ टैटो से मुकम्मल हो गई। अस्सलाम वालेकुम। लो जी एक नेक आदमी कारकुन। अस्सलाम वालेकुम अदनान, क्या हाल है? खैरियत है, ठीक ठाक। ये क्या साड़ा कारकुन। अस्सलाम वालेकुम, क्या हाल है? बस खैरियत। अस्सलाम वालेकुम खुरम साहब, क्या हाल है? यार कहते हैं अंदरों बखाओ मस्जिद, तुम बाहरों बखाई जाते हो। मैं अच्छा बच्चे जो बाहर ने अपने ने सारे, मैं हाँ अंदर फिर गया। और केड़े प्रोग्राम थे? अच्छा बस मैं पता ही नहीं, अल्लाह का काफ़ी हो गया लाइव। मैं कुछ लोग तौफीक दे रहे हैं मस्जिद, अच्छी गल है। लो काफ़ी सेशन हो गया लाइव का, मस्जिद लोग सारे जुम्मा पढ़ के निकल गए ने, काफ़ी सारे तुम लोगों ने देख लेने। मैनू भी हम इजाजत दो, फिर इंशाल्लाह किसी और अच्छी जगह तो लाइव होवांगा इंशाल्लाह। अल्लाह ताला खैर वाफियत रखे। बहुत शुक्रिया सारे का।